ਲੋਕ ਸਭਾ ਇਲੈਕਸ਼ਨ ਜਿੱਥੇ ਚੱਲ ਰਹੇ ਨੇ ਤੇ ਚੋਣਾਂ ਦੇ ਦੌਰ ਦੀ ਅਸੀਂ ਗੱਲ ਕਰੀਏ, ਹਰ ਇੱਕ ਉਮੀਦਵਾਰ ਸਰਕਾਰ ਦਾ ਨੁਮਾਇੰਦਾ ਘਰਾਂ 'ਚ ਜਾ ਕੇ ਵੋਟ ਮੰਗਦਾ ਹੈ ਹੱਥ ਜੋੜ ਕੇ। ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅੰਮ੍ਰਿਤਸਰ ਤੋਂ, ਜਿੱਥੇ ਨਾ ਤਾਂ ਕੋਈ ਉਮੀਦਵਾਰ ਨਾ ਕੋਈ ਸਰਕਾਰ ਦਾ ਨੁਮਾਇੰਦਾ ਪਹੁੰਚਿਆ। ਕਿਉਂ? ਆਖਿਰ ਗੱਲ ਕਰਾਂਗੇ ਇਸ ਇਲਾਕੇ ਦੇ ਮੁਸੀਬਤਾਂ ਦੀ, ਗੱਲਾਂ ਦੀ, ਇਹਨਾਂ ਨੂੰ ਕੀ ਦਿੱਕਤਾਂ ਨੇ। ਅੱਜ ਜੋ ਇਕੱਠੇ ਹੋਏ ਨੇ ਹੱਥ 'ਚ, ਤੁਸੀਂ ਪਾਣੀ ਦੀਆਂ ਬੋਤਲਾਂ ਦੇਖ ਸਕਦੇ ਜੀ, ਜੋ ਕਿ ਪਿਛਲੇ 6 ਮਹੀਨੇ ਤੋਂ ਲਗਾਤਾਰ ਇਹ ਪੀਣ ਤੋਂ ਮਜਬੂਰ ਨੇ। ਪਾਣੀ ਦੇ ਹਾਲਾਤ ਤੁਸੀਂ ਦੇਖ ਸਕਦੇ ਜੇ, ਜਿਸ ਨੂੰ ਪੀਣ ਨਾਲ ਕਈ ਭਿਆਨਕ ਬਿਮਾਰੀਆਂ ਜਿਹੜੀਆਂ ਲੱਗ ਰਹੀਆਂ ਨੇ। ਗੱਲ ਕਰੀਏ ਬਜ਼ੁਰਗਾਂ ਦੀ, ਔਰਤਾਂ ਦੀ ਜਾਂ ਬੱਚਿਆਂ ਦੀ, ਤਾਂ ਸਭ ਇਸ ਤੋਂ ਪਰੇਸ਼ਾਨ ਨੇ। ਉਹਨਾਂ ਗੰਦਾ ਪਾਣੀ ਪੀਣਾ ਪੈ ਰਿਹਾ, ਘਰੇ ਆਏ ਗਏ ਨੂੰ ਪਾਣੀ ਨਹੀਂ ਪੁੱਛ ਸਕਦੇ। ਵੋਟ ਮੰਗਣ ਮੰਤਰੀ ਆਉਂਦੇ ਨੇ, ਹੱਥ ਜੋੜ ਕੇ ਮੰਗਦੇ ਨੇ, ਸਾਰੇ ਰਿਸ਼ਤੇ ਕੱਢ ਲਏ ਜਾਂਦੇ ਨੇ ਕਿ ਵੋਟ ਸਾਨੂੰ ਹੀ ਪਾਇਓ, ਪਰ ਕਦੀ ਆ ਕੇ ਹਾਲ ਨਹੀਂ ਪੁੱਛਿਆ ਪਾਣੀ ਕਿਹੋ ਜਿਹਾ, ਤੁਹਾਨੂੰ ਕੀ ਦਿੱਕਤਾਂ ਨੇ, ਕੀ ਕਹਿਣਾ ਚਾਹੋਗੇ? ਅੱਜ ਗੰਦੇ ਪਾਣੀ ਦੀ ਬੋਤਲ ਫੜੀ ਜੇ, ਗੰਦੇ ਪਾਣੀ ਦੀ ਬੋਤਲ ਹੈ ਕਿ ਇਹਦੇ ਨਾਲ ਬਿਮਾਰੀਆਂ, ਇਹ ਨਾ ਜਦੋਂ ਨਹਾਉਣ ਲੱਗੋ ਜਾਂ ਪੀਣ ਲੱਗੋ ਐਸਾ ਗੰਦਾ ਪਾਣੀ, ਇਸ ਤਰ੍ਹਾਂ ਇਹ ਤਾਂ ਕੁਛ ਵੀ ਨਹੀਂ, ਇਸ ਤੋਂ ਇੰਨਾ ਗੰਦਾ ਪਾਣੀ ਆਉਂਦਾ ਤਾਂ ਮਤਲਬ ਕਿ ਤਾਂ ਪੀਣ ਯੋਗੇ ਨਹੀਂ ਹੈਗਾ। ਹਾਂਜੀ, ਬੱਚਿਆਂ ਨੂੰ ਬਿਮਾਰੀਆਂ ਲੱਗ ਜਾਂਦੀਆਂ, ਬੱਚਿਆਂ ਨੂੰ ਸਾਨੂੰ ਬਿਮਾਰੀਆਂ ਲੱਗ ਜਾਂਦੀਆਂ, ਡਾਕਟਰਾਂ ਨੂੰ ਪੈਸੇ ਦੇਣੇ ਪੈਂਦੇ ਨੇ। ਹਾਂਜੀ, ਖਾਣਾ ਪਾਣਾ ਪਚਦਾ ਨਹੀਂ ਕੁਛ, ਕਿਉਂਕਿ ਗੰਦਾ ਪਾਣੀ ਹੈ। ਗੰਦੇ ਪਾਣੀ ਨੇ ਸਾਰੇ ਟੈਂਕੀਆਂ 'ਚ ਜਾਣਾ, ਟੈਂਕੀਆਂ ਦਾ ਪਾਣੀ ਵੀ ਥੱਲੇ ਆਉਣਾ, ਅਤੇ ਮਤਲਬ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਸਾਡਾ ਕੁਝ ਮਸਲਾ ਹੱਲ ਕੀਤਾ ਜਾਵੇ, ਕਿਉਂਕਿ ਇੱਥੇ ਜਦੋਂ ਵੋਟਾਂ ਲੈਣ ਵਾਸਤੇ ਸਾਰੇ ਆਉਂਦੇ ਨੇ, ਵੋਟਾਂ ਤੋਂ ਬਾਅਦ ਕੋਈ ਇੱਥੇ ਅੱਜ ਤੱਕ ਨਾ ਕੋਈ MLA ਵੜਿਆ, ਨਾ ਕੋਈ ਇੱਥੇ ਕੌਂਸਲਰ ਵੜਿਆ, ਨਾ ਕੋਈ ਇੱਥੇ ਦਾ ਕਰਿੰਦਾ ਕੋਈ ਉਹਨਾਂ ਦਾ ਆ ਗਿਆ ਕਿ ਸਾਡਾ ਕੋਈ ਮਸਲਾ ਹੱਲ ਕਰ ਸਕੀਏ। ਅਸੀਂ ਕਿੰਨੀਆਂ ਕੰਪਲੇਨਾਂ ਦੇ ਕੇ ਆਏ ਹਾਂ, ਕਦੇ ਉੱਥੇ ਵੀ ਸਾਡੀ ਕੋਈ ਸੁਣਾਈ ਨਹੀਂ। ਬੰਦੇ ਆਉਂਦੇ ਨੇ ਡਾਂਗਾਂ ਮਾਰ ਕੇ ਤਾਂ ਚਲੇ ਜਾਂਦੇ ਨੇ, ਪਾਣੀ ਦਾ ਮਸਲਾ ਫਿਰ ਨਹੀਂ ਇਹਨਾਂ ਵੱਲ ਹੋਇਆ। ਰਿਸੀਵਰ ਸਾਰੇ ਭਰੇ ਪਏ ਨੇ, ਕੋਈ ਮਸਲਾ ਹੱਲ ਨਹੀਂ ਹੋਇਆ। ਜੇ ਅਸੀਂ ਜਾਂਦੇ ਹਾਂ ਅੱਬਲ ਤਾਂ ਮਿਲਦੇ ਨਹੀਂ ਭੁੱਲਰ ਸਾਹਿਬ, ਜੇ ਮਿਲ ਹੀ ਜਾਂਦੇ ਕਹਿੰਦੇ ਜੀ ਸਾਡੇ ਕੋਲ ਤਾਂ ਕੰਪਲੇਨਾਂ ਪੁਰਾਣੀਆਂ ਪਈਆਂ, ਤੁਹਾਡੀ ਤਾਂ ਹੁਣ ਆਈ ਹੈ, ਮਸਲੇ ਵਾਲਾ ਕਰਾਂਗੇ ਜੀ ਕਰਾਂਗੇ। ਕਰੋਗੇ ਜਦੋਂ ਬੰਦਾ ਮਰ ਜਾਏਗਾ ਪਾਣੀ ਦੇ ਨਾਲ, ਗੰਦੇ ਪਾਣੀ ਨਾਲ, ਉਦੋਂ ਕਰੋਗੇ? ਇਹਨਾਂ ਨੂੰ ਪਾਸ ਕਲੋਨੀਆਂ ਦਾ ਯਾਦ ਆਉਂਦਾ, ਜਿਹੜੀਆਂ ਛੋਟੀਆਂ ਕਲੋਨੀਆਂ ਦਾ ਇਹਨਾਂ ਨੂੰ ਯਾਦ ਨਹੀਂ ਆਉਂਦਾ। ਆਪਣੇ ਘਰ ਜਾ ਕੇ ਵੇਖੋ ਇਹਨਾਂ ਦੀ ਐਨ ਸੀਵਰ ਸਾਫ, ਇਹਨਾਂ ਦਾ ਪਾਣੀ ਸਾਫ, ਕਿਆ ਉੱਥੇ ਕਿ ਨੰਬਰ ਲੈ ਕੇ ਆਪਣਾ, ਕਿਉਂਕਿ ਆਪ ਉੱਥੇ ਕਾਰਪੋਰੇਸ਼ਨ ਲੱਗੇ ਹੋਏ ਨੇ, ਅਸੀਂ ਕਾਰਪੋਰੇਸ਼ਨ ਨਹੀਂ, ਇਸ ਕਰਕੇ ਸਾਡੀ ਇਹ ਸੁਣਾਈ ਨਹੀਂ ਕਰਦੇ। ਹਾਂਜੀ, ਸਾਨੂੰ ਟਰਕਾਲੋਜ ਕਰਨੀ, ਮੈਂ ਤਾਂ ਉਹਨਾਂ ਨੂੰ ਕਿਹਾ ਯਾਰ ਕਿ ਹੁਣ ਜੇ ਤੁਸੀਂ ਨਹੀਂ ਹੱਲ ਕੀਤਾ ਤਾਂ ਮੈਂ ਪਹਿਲਾਂ ਇੱਕ ਕਮਿਸ਼ਨ ਨੂੰ ਦਾਂਗਾ ਤੁਹਾਡਾ, ਉਸ ਤੋਂ ਮੈਂ ਹੈਲਥ ਮਿਨਿਸਟਰ ਨੂੰ ਦਾਂਗਾ, ਉਸ ਤੋਂ ਪ੍ਰਾਈਮ ਮਿਨਿਸਟਰ ਨੂੰ ਦਾਂਗਾ, ਮੈਂ ਤੁਹਾਨੂੰ ਛੱਡਾਂਗਾ ਨਹੀਂ। ਠੀਕ ਹੈ, ਜਾਂ ਤਾਂ ਸਾਡਾ ਮਸਲਾ ਹੱਲ ਹੋ ਤਾਂ ਅਸੀਂ ਇੱਥੇ ਹੀ ਚੁੱਪ ਕਰ ਜਾਣ, ਨਹੀਂ ਕਰੋਗੇ ਤਾਂ ਅਸੀਂ ਇੱਕ ਨਾ ਫੈਕਸਾ ਦੇਈ ਜਾਵਾਂਗੇ, ਸਾਨੂੰ ਕੋਈ ਫਰਕ ਨਹੀਂ ਪੈਣਾ। ਪਰ ਸਰਕਾਰ ਤਾਂ ਵਾਅਦੇ ਕਰਦੀ ਹੈ ਕਿ ਹਰ ਇਲਾਕੇ ਦੇ ਵਿੱਚ ਡਿਵੈਲਪਮੈਂਟ ਕੀਤੀ ਗਈ ਹੈ, ਜਿਹੜਾ ਵਿਕਾਸ ਹੋ ਰਿਹਾ, ਇਲਾਕਿਆਂ ਦਾ ਨਿਵਾਸ ਹੋ ਰਿਹਾ, ਪਾਣੀ ਪੀਣ ਨੂੰ ਵਧੀਆ ਦਿੱਤਾ ਜਾ ਰਿਹਾ, ਬੱਤੀ ਫ੍ਰੀ ਦਿੱਤੀ ਜਾ ਰਹੀ ਹੈ, ਤੇ ਮੈਡੀਕਲ ਵੀ ਫ੍ਰੀ ਹੈ। ਕੀ ਲੱਗਦਾ ਮੈਡੀਕਲ ਇਸ ਚੀਜ਼ ਲਈ ਫ੍ਰੀ ਹੈ? ਕਾਹਦਾ ਮੈਡੀਕਲ ਕਾਹਦਾ ਫ੍ਰੀ ਕੀਤਾ? ਜਾ ਕੇ ਕੋਈ ਡਾਕਟਰ ਹੀ ਨਹੀਂ ਕਲੀਨਿੰਗ ਦਾ ਵਿੱਚ, ਐਵੇਂ ਇੱਕ ਪਹਿਲੇ ਜਿਹੜੇ
ਬਣੇ ਸੀ ਸੁਵਿਧਾ ਸੈਂਟਰ, ਉਹਨਾਂ ਨੂੰ ਬਣਾਤਾ ਕਲੀਨਿਕ ਸੈਂਟਰ। ਹਾਂਜੀ, ਕੋਈ ਇੱਥੇ ਕਿ ਨਾ ਮਤਲਬ ਕਿ ਆਪਣਾ ਹੈ ਨਹੀਂ ਕੋਈ, ਕਿ ਜਾ ਕੇ ਕਿਸੇ ਨੂੰ ਦਵਾਈ, ਡਾਕਟਰ ਹੀ ਹੈ ਨਹੀਂ ਇਹਨਾਂ ਕੋਲ, ਤਾਂ ਦਵਾਈ ਕਿੱਦਾਂ? ਜੇ ਅਸੀਂ ਆਪਣੀ ਦਵਾਈ ਕਰਨੀ ਤਾਂ ਸਾਡੇ ਇੱਥੇ ਪਾਣੀ ਦਾ ਕੋਈ ਨਹੀਂ ਹੈਗਾ, ਜੇ ਪਾਣੀ ਠੀਕ ਨਹੀਂ ਤਾਂ ਸਾਡੇ ਵਾਸਤੇ ਬਿਮਾਰੀਆਂ ਹੀ ਬਿਮਾਰੀਆਂ। ਅਸੀਂ ਪ੍ਰਾਈਵੇਟ ਡਾਕਟਰਾਂ ਕੋਲ ਪੈ, ਹੁਣ ਮਹਿੰਗਾਈ ਇੰਨੀ ਹੈ ਕਿ ਅਸੀਂ ਡਾਕਟਰ ਨੂੰ ਪੈਸੇ ਦਈਏ ਕਿ ਰੋਟੀ ਘਰ ਦਾ ਖਾਣਾ ਬਣਾਈਏ। ਸਰ ਬਿਜਲੀ ਨਾਲੋਂ ਜ਼ਿਆਦਾ ਇਹ ਤੇ ਪਾਣੀ ਗੰਦਾ ਭੇਜ ਕੇ ਵਸੂਲ ਰਹੇ ਨੇ, ਬੱਤੀ ਨੂੰ ਅਸੀਂ ਕੀ ਕਰਾਂਗੇ? ਪਾਣੀ ਸਭ ਤੋਂ ਜ਼ਿਆਦਾ ਅਹਿਮ ਹੈਗਾ, ਤੁਹਾਨੂੰ ਪਤਾ ਜੀਵਨ ਦਾ, ਰੋਟੀ ਨਹੀਂ ਖਾਵਾਂਗੇ ਚੱਲੇਗਾ, ਲੇਕਿਨ ਪਾਣੀ ਤੋਂ ਬਿਨਾਂ ਬੰਦਾ ਇੱਕ ਮਿੰਟ ਵੀ ਨਹੀਂ ਰਹਿ ਸਕਦਾ। ਕਿੰਨੀ ਚਿਰ ਤੋਂ ਜਿਹੜਾ ਇਸ ਤਰ੍ਹਾਂ ਦਾ ਪਾਣੀ ਪੀਣ ਤੋਂ ਮਜਬੂਰ ਹੈ? ਕਿਉਂਕਿ ਪਾਣੀ ਘੱਟੋ ਘੱਟ ਵੀ ਸਾਨੂੰ 3 ਮਹੀਨੇ ਹੋ ਚੱਲੇ ਨੇ, 3 ਮਹੀਨੇ ਸਾਨੂੰ ਉਹਨਾਂ ਦੇ ਦਰਵਾਜ਼ੇ ਖੜਖੜਾਉਂਦੇ ਹੋ ਗਏ ਆ, ਆਪਾਂ ਕੰਪਲੇਨਾਂ ਤੇ ਕੰਪਲੇਨਾਂ ਪਾ ਰਹੇ ਹਾਂ, ਸਾਰਾ ਕੰਮ ਕਰ ਰਹੇ ਹਾਂ। ਇਹੋ ਹੀ ਪਾਣੀ ਜੇ ਇੱਕ ਦਿਨ ਵੀ ਉਹ ਪੀ ਲੈਣਗੇ ਤੇ ਵੱਡੇ ਤੋਂ ਵੱਡਾ ਡਾਕਟਰ ਉਹਨਾਂ ਨੇ ਆਪਣੇ ਬੂਹੇ ਗਾੜੀ ਖੜਾ ਕਰ ਲੈਣਾ, ਤੇ ਅਸੀਂ ਮਾੜੇ ਲੋਕ ਕਿੱਥੇ ਜਾਵਾਂਗੇ? ਉਹਨਾਂ ਨੂੰ ਕਹੋ, ਭੁੱਲਰ ਸਾਹਿਬ ਨੂੰ ਕਹੋ ਇੱਥੇ ਆਣ, ਅਸੀਂ ਉਹਨੂੰ ਕੁਰਸੀ ਦੇਵਾਂਗੇ, ਨਾਲ ਉਹਨੂੰ ਬੜਾ ਵਧੀਆ ਬਰਫ਼ ਵਾਲਾ ਠੰਡਾ ਪਾਣੀ ਪਿਆਵਾਂਗੇ, ਤਾਂ ਕਿ ਉਹਨਾਂ ਦੀ ਸਿਹਤ ਅੱਗੇ ਨਾਲ ਵੱਧ ਬਣ ਜਾਵੇ। ਹਾਂਜੀ, ਸਾਡੀ ਘੱਟ ਜੇ ਕੋਈ ਗੱਲ ਨਹੀਂ। ਹਾਂਜੀ, ਇਸ ਕਰਕੇ ਇਹਨਾਂ ਭੁੱਲਰ ਸਾਹਿਬ ਨੂੰ ਕਹੋ ਇਹ ਪਾਣੀ ਜ਼ਰੂਰ ਆ ਕੇ ਪੀਣ, ਅਸੀਂ ਤਾਂ ਉਹਨਾਂ ਦਾ ਬੜਾ ਥੈਂਕਸ ਕਰਾਂਗੇ ਕਿ ਇਹ ਪਾਣੀ ਪੀ ਕੇ ਜਦੋਂ ਸਾਡੇ ਘਰੋਂ ਜਾਣਗੇ। ਗੱਲ ਤਾਂ ਕਰੀਏ ਪਾਣੀ ਦੀ, ਦਿੱਕਤਾਂ ਆ ਰਹੀਆਂ ਨੇ, ਜਦੋਂ ਤੁਸੀਂ ਕੰਪਲੇਨ ਪਾਉਣ ਜਾਂਦੇ ਜੀ, ਨਾਲ ਕਦੀ ਤੁਹਾਡੇ ਅਧਿਕਾਰੀ ਇੱਥੇ ਪਹੁੰਚੇ ਹੋਣ ਜਾਂ ਆ ਕੇ ਤੁਹਾਡੇ ਨਾਲ ਚੈੱਕ ਕੀਤਾ ਹੋਵੇ, ਸਾਫ਼ ਸਫਾਈ ਕਰਨ ਦੀ ਗੱਲ ਕੀਤੀ ਗਈ ਹੋਵੇ? ਸਰ ਜਦੋਂ ਆਉਂਦੇ ਨੇ, ਠੀਕ ਹੈ ਜੀ, ਇਹਨਾਂ ਨੇ ਆਪਣੀਆਂ ਮੋਟਰਾਂ ਭੇਜ ਦੇਣੀਆਂ, ਇਹ ਪਾਣੀ ਕਦੀ ਇਸ ਪਲਾਟ ਦੇ ਵਿੱਚ, ਕਦੀ ਉਸ ਪਲਾਟ ਦੇ ਵਿੱਚ, ਕਦੀ ਉਸ ਪਲਾਟ ਦੇ ਵਿੱਚ, ਉਹ ਵੀ 3 ਮਹੀਨੇ ਦੇ ਵਿੱਚ ਇੱਕ ਵਾਰੀ ਆਈ ਹੈ। ਪਾਣੀ ਕੱਢਣ ਦਾ ਮਤਲਬ ਨਹੀਂ ਹੈ, ਇੰਨੇ ਕੁ ਘਰ ਹੈਗੇ ਆ, ਪਾਣੀ ਤਾਂ ਸ਼ਾਮਾਂ ਨੂੰ ਫਿਰ ਭਰ ਜਾਂਦਾ। ਪਾਣੀ ਕੱਢਣ ਦਾ ਮਤਲਬ ਨਹੀਂ, ਪਾਣੀ ਦੀ ਸਫਾਈ ਚਾਹੀਦੀ ਸਾਨੂੰ, ਪਾਣੀ ਪੀਣ ਯੋਗ ਹੋਣਾ ਚਾਹੀਦਾ। ਇਹ ਪਾਣੀ ਸੀਵਰੇਜ ਦੇ ਵਿੱਚ ਮਿਲ ਕੇ ਸਾਨੂੰ ਮਿਲ ਰਿਹਾ, ਇਹ ਇਹਨਾਂ ਨੂੰ ਫਾਲਟ ਨਹੀਂ ਮਿਲਦਾ ਪਿਆ? ਕਿਹੋ ਜੀ ਸਰਕਾਰ ਹੈਗੀ ਹੈ? ਅਸੀਂ ਸੈਂਪਲ ਭੇਜ ਦਿੰਦੇ ਆ, ਇਹਨਾਂ ਨੂੰ ਵੀ ਸੈਂਪਲ ਅਸੀਂ ਦੇ ਕੇ ਆਏ ਆ, ਫੋਟੋਆਂ ਬਕਾਇਦਾ ਖਿੱਚੀਆਂ ਹੋਈਆਂ ਅਸੀਂ ਉਹਨਾਂ ਦੇ ਦਫ਼ਤਰ ਦੇ ਵਿੱਚ ਜਾ ਕੇ। ਆਪਾਂ ਪਤਾ ਕੀ ਕਹਿਣਾ ਚਾਹਾਂਗੇ, ਹਰ ਪੰਜਾਬੀ ਨੂੰ ਪਤਾ ਵਾ, ਠੀਕ ਹੈ ਜੀ, ਕਹਿੰਦੇ ਪੰਜਾਬ ਦਾ ਜਿਹੜਾ ਪਾਣੀ ਹੈ, ਖਾਸ ਕਰ ਅੰਮ੍ਰਿਤਸਰ ਦਾ ਪਾਣੀ ਹੈ ਨਾ, ਦੁੱਧ ਅਰਗਾ ਵਾ, ਤੇ ਆ ਭਾਜੀ ਆ ਦੁੱਧ ਤੇ ਮੇਰੇ ਖਿਆਲ ਨਾਲ ਦੁੱਧ ਕਾਲਾ ਪੈ ਗਿਆ ਸ਼ਾਇਦ, ਹੈ ਨਾ, ਦੁੱਧ ਕਾਲਾ ਪੈ ਗਿਆ ਵਾ। ਇਹ ਜਿਵੇਂ ਕੋਈ ਬਾਹਰੋਂ ਕੋਈ ਸਾਡਾ ਕੋਈ ਲਾ ਲਓ ਕੋਈ ਗੈਸਟ ਹੀ ਆ ਗਿਆ ਘਰ, ਉਹਨੂੰ ਆਪਾਂ ਜਦੋਂ ਇਹ ਚੀਜ਼ ਦਿਖਾਵਾਂਗੇ, ਫੋਰ ਐਗਜ਼ਾਮਪਲ ਆ, ਕੱਲ੍ਹ ਕੋਈ ਸਾਡਾ ਗੈਸਟ ਹੀ ਆਇਆ ਸੀਗਾ, ਉਹਨੇ ਆ ਪਾਣੀ ਵੇਖ ਕੇ ਕਹਿੰਦਾ ਤੁਸੀਂ ਪਾਣੀ ਲਿਆਂਦਾ, ਮੈਂ ਘਰ ਜਾ ਕੇ ਪੀ ਲਾਂਗਾ। ਮਤਲਬ ਇਹ ਆਪਾਂ ਇਹ ਰੀਪ੍ਰੈਜ਼ੈਂਟ ਕਰ ਰਹੇ ਆਪਣੇ ਅੰਮ੍ਰਿਤਸਰ ਨੂੰ, ਇਹ ਰੀਪ੍ਰੈਜ਼ੈਂਟ ਕਰ ਰਹੇ ਜੀ ਆਪਾਂ ਅੰਮ੍ਰਿਤਸਰ, ਆਪਣੇ ਰਿਸ਼ਤੇਦਾਰਾਂ ਨੂੰ ਵੀ ਨਹੀਂ ਪਾਣੀ ਪੁੱਛ ਸਕਦੇ, ਜਿਹੜੀ ਮੇਨ ਗੱਲ ਕਿੰਨੇ ਕੀ ਪੇਟੀਆਂ ਪਾਣੀ ਖਰੀਦ ਕੇ ਆਪਾਂ ਪਾਣੀ ਬਾਹਰੋਂ ਲੈ ਆਵਾਂਗੇ, ਆਪਾਂ ਪਰਚੇਜ਼ ਕਰ ਲਿਆ ਜੀ ਪਾਣੀ, ਆਪਾਂ ਪੇਟੀ ਲੈ ਕੇ ਸੁੱਟ ਲਈ ਘਰ ਪਾਣੀ ਪੀਣ ਵਾਲੇ ਨਿਆਣਿਆਂ ਦੀ, ਹੈ ਨਾ, ਬਟ ਉਹ ਨਹਾਉਣ ਵਾਸਤੇ ਵੀ ਬਾਹਰੋਂ ਪਾਣੀ ਖਰੀਦਿਆ ਕਰਾਂਗੇ, ਇਹਦਾ ਤੇ ਮਤਲਬ ਕਿ ਸਾਡੀ ਜਿਹੜੀ ਸਾਲ ਦੀ ਕਮਾਈ ਉਹ ਤੇ ਪਾਣੀ 'ਚ ਚੱਲ ਜਾਣੀ ਹੈ, ਤੇ ਜੇ ਆਪਾਂ ਇਦਾਂ ਸਾਲ ਦੀ ਕਮਾਈ ਪਾਣੀ 'ਚ ਰੋੜਤੀ, ਤੇ ਫਿਰ ਇਹਨਾਂ ਨੂੰ ਸੀਵਰ ਦੇ ਵੀ ਪੈਸੇ ਦਿਓ, ਕੱਢਣ ਦੇ ਵੀ ਪੈਸੇ ਦਿਓ, ਇਹਨਾਂ ਨੂੰ ਫੋਨ ਕਰੋ ਉੱਥੇ ਜਾਓ, ਉੱਥੇ ਤੇਲ ਫੂਕੇ ਜਾਓ, ਉਹ ਕਹਿੰਦੇ ਉੱਥੇ ਜਾਓ ਉੱਥੇ ਜਾਓ, ਸਾਰਾ ਕੁਝ ਹੀ ਚੱਲਦਾ ਪਿਆ ਸੀ। ਬਣਾਓ ਭਾਈ ਵੀਡੀਓ ਬਣਾ ਸਕਦੇ ਹੋ, ਕੀ ਕਹਿੰਦੇ ਜੋ ਭਾਈ? ਉਹ ਵੇਖੋ ਲਾਈਵ, ਦੇਖੋ ਲਾਈਵ, ਉਹ ਵੇਖੋ ਲਾਈਵ ਲਾਟਾ ਜਾਂਦਾ, ਨੀਆਂ ਨੂੰ ਫਰਕ ਪੈਂਦਾ ਹੈ, ਗੱਲ ਕਰੀਏ ਜਦੋਂ ਇੱਥੇ ਵੋਟਾਂ ਮੰਗਣ ਆਉਂਦੇ, ਕਿਉਂਕਿ ਹੁਣ ਤੁਹਾਨੂੰ ਵੀ ਪਤਾ ਲੋਕ ਸਭਾ ਇਲੈਕਸ਼ਨ ਨੇ, ਹਰ ਇੱਕ ਥਾਂ ਤੇ ਜਾ ਕੇ ਜਿਹੜਾ ਉਮੀਦਵਾਰ ਆਪਣੀ ਵੋਟ ਲੈ ਰਿਹਾ, ਆਪਣੇ ਕੰਮ ਕੀਤੇ ਗਏ ਜਿਹੜੇ ਕੰਮ ਗਿਣਾ ਰਿਹਾ, ਤੁਹਾਡੇ ਇਲਾਕੇ 'ਚ ਕੋਈ ਪਹੁੰਚ ਕੀਤੀ ਕਿਸੇ ਵੀ? ਕਿਸੇ ਨੇ ਨਹੀਂ ਆਇਆ ਭਾਜੀ, ਕੋਈ ਨਹੀਂ ਆਇਆ। ਮੈਂ ਤੁਹਾਨੂੰ ਐਗਜ਼ਾਮਪਲ ਦੇਤਾ, ਵੱਡਾ ਜੋਸ਼ੀ ਸਾਹਿਬ ਅਜੇ ਸਾਡੀ ਪਿਛਲੀ ਗਲੀ 'ਚ ਆਏ ਆ, ਇੱਥੇ ਤੱਕ ਪਹੁੰਚਿਆ ਹੀ ਕੋਈ ਨਹੀਂ, ਕਿਉਂਕਿ ਇਹਨਾਂ ਨੂੰ ਕੰਨ ਤੱਕ ਖਬਰ ਪਹੁੰਚ ਗਈ ਕਿ ਇੱਧਰ ਕੰਪਲੇਂਟਾਂ ਹੀ ਬੜੀਆਂ ਵਾ, ਜਿੱਥੇ ਕੰਪਲੇਂਟ ਹੁੰਦੀ ਉੱਥੇ ਕਦੀ ਵੀ ਪੋਲੀਟੀਸ਼ਨ ਨਹੀਂ ਪਹੁੰਚਦਾ, ਇਹ ਪਹੁੰਚਣਾ ਚਾਹੀਦਾ ਵਾ, ਕਿਉਂਕਿ ਉਹਨਾਂ ਨੇ ਵੋਟਾਂ ਪਾਣੀਆਂ ਆ, ਨਾ ਨਾ ਕਰਦੇ ਵੀ ਜੇ ਆਪਾਂ ਕੱਢੀਏ 1000 ਵੋਟ ਹੈਗੀ ਹੈ, 1000 ਵੋਟ ਬਹੁਤ ਜ਼ਿਆਦਾ ਹੁੰਦੀ ਹੈ, ਬੰਦਾ 1 ਵੋਟ ਤੋਂ ਜਿੱਤ ਜਾਂਦਾ ਵਾ ਤੇ ਇਹਦੇ 1000 ਵੋਟ ਆ। ਕੀ ਲੱਗਦਾ ਜਿਨ੍ਹਾਂ ਦਾ ਕੰਮ ਹੈ ਸਾਫ਼ ਸਫਾਈ ਕਰਨ ਦਾ, ਉਹ ਸਿਰਫ ਵਿਹਲੀਆਂ ਤਨਖਾਹਾਂ ਖਾਣ ਨੂੰ ਰੱਖੇ ਗਏ ਨੇ ਜਾਂ ਘੁੰਮਣ ਨੂੰ? ਉਹਨਾਂ ਦਾ ਵੀ ਆਪਾਂ ਦੱਸ ਦਿੰਦੇ, ਸਾਡੇ ਕੌਂਸਲਰ ਸਾਹਿਬ ਆ ਭਾਟੀਆ ਜੀ, ਸਾਡੇ ਜੀਤ ਸਿੰਘ ਭਾਟੀਆ ਜੀ ਕੌਂਸਲਰ ਸਾਹਿਬ ਹੈ ਨਾ ਆਡੀ, ਉਹਨਾਂ ਨਾਲ ਗੱਲ ਹੋਈ ਸੀ ਔਨ ਕਾਲ, ਉਹ ਬਾਅਦ 'ਚ ਉਹ ਕਹਿੰਦੇ ਜੀ ਉਹ ਤੇ ਜਿਹੜੇ ਸਾਡੇ ਬੰਦੇ ਉਹਦੇ ਭਾਜੀ ਹੁਣ ਹੋ ਗਏ ਸਰਕਾਰੀ, ਉਹ ਪਹਿਲਾਂ ਪ੍ਰਾਈਵੇਟ ਸੀਗੇ, ਉਹ ਮੇਰੇ ਕੋਲ ਤਨਖਾਹ ਲੈਂਦੇ ਹੀ ਬਾਏ ਮੀ, ਹੁਣ ਉਹ ਬੰਦੇ ਹੋ ਗਏ ਸਰਕਾਰੀ, ਉਹ ਮੇਰੀ ਨਹੀਂ ਸੁਣਦੇ।
ਉਹਨੇ ਲਿਟਰਲੀ ਗਾਲ ਕੱਢ ਕੇ ਕਿਹਾ ਕਿ ਹੁਣ ਉਹ ਉਧਰ ਸੁਣਦੇ, ਹੁਣ ਜਿਹੜੇ ਪ੍ਰਾਈਵੇਟ ਬੰਦੇ ਕੰਮ ਕਰਦੇ ਸਰਕਾਰੀ ਕੰਮ ਨਹੀਂ। ਬਿਲਕੁਲ ਜੀ, ਸਰਕਾਰੀ ਤਾਂ ਸਰਕਾਰ ਤੇ ਬੁਰੇ ਹਾਲ ਆ, ਕਿਉਂ ਰਹਿੰਦੇ ਬੁਰੇ ਹਾਲ ਇਹਨਾਂ ਦੇ, ਪਹਿਲਾਂ ਕਰਨ ਕੁਝ, ਕੀ ਲੋੜ ਲੋਕਾਂ ਨੂੰ ਕਹਿਣ ਦੀ ਸਰਕਾਰ ਦੇ ਬੁਰੇ ਹਾਲ ਆ। ਹਰ ਬੰਦੇ ਦੇ ਜ਼ੁਬਾਨ ਤੇ ਗੱਲ ਇਹੀ ਹੁੰਦੀ ਸਰਕਾਰ ਦੇ ਬੁਰੇ ਹਾਲ ਆ, ਕਿਉਂ ਕਹਿੰਦੇ ਆ, ਕਿਉਂਕਿ ਸਰਕਾਰ ਕਰਦੀ ਕੁਝ ਨਹੀਂ ਹੈ। ਕਰੋ, ਦਿਖਾਓ ਲੋਕਾਂ ਨੂੰ, ਪੁੱਠਾ ਸਾਬਤ ਕਰੋ ਇਹਨਾਂ ਨੂੰ, ਕਰੋ ਇੱਥੇ ਲਿਆਓ। ਜਦੋਂ ਤੁਹਾਨੂੰ ਪਤਾ ਇੱਥੇ ਚਾਹੀਦਾ ਟਰੱਕ ਆ, ਤੁਹਾਡਾ ਮਸ਼ੀਨ ਵਾਲੇ ਕਹਿ ਗਏ ਜਿਹੜੇ ਸਫਾਈ ਕਰਨਾ, ਕਹਿੰਦੇ ਭਾਈ ਤੇ ਉਹਨਾਂ ਨੂੰ ਕੀ ਕਸੂਰ ਆ, ਉਹ ਕਹਿੰਦੇ ਚਾਹੀਦੀ ਨੋਜ਼ਲ ਭਾਈ ਤੇ ਪਹਿਲਾਂ ਲੈ ਕੇ ਕਿਉਂ ਨਹੀਂ, ਨੋਜ਼ਲ ਵਈ ਨਹੀਂ ਹੈ ਤੇ ਫੇਰ ਇਹਨੇ ਸੈੱਟ ਹੋਣਾ। ਮੇਰੀ ਮੋਟਰ ਲੈਂਦੀ ਉਹਦੇ ਨਾਲ ਪਾਣੀ ਕੱਢਿਆ, ਫੇਰ ਭਰ ਕੇ ਨਿੱਕੀ ਜੀ ਮੋਟਰ ਲੈਂਦੇ ਆ, ਕਿੰਨਾ ਕੁ ਪਾਣੀ ਕੱਢ ਲੇਗੀ ਮੋਟਰ? ਤਾਂ ਹੁਣ ਵੋਟਾਂ ਆ ਰਹੀਆਂ, ਵੋਟ ਪਾਓਗੇ? ਭਾਜੀ ਵੋਟ ਆਪਾਂ ਪਾਣੀ ਨਹੀਂ, ਆਪਾਂ ਤੇ ਆਦੇ ਬਾਹਰ ਲਿਖ ਕੇ ਲਾਣਗੇ ਬਾਈਕਾਟ, ਬਾਹਰ ਬੈਨਰ ਲਾਣਗੇ ਆਪਾਂ, ਇਹ ਸੀਰੀਅਸਲੀ ਕਹਿੰਦੇ ਬਾਹਰ ਬੈਨਰ ਲਾਣੇ, ਨਹੀਂ ਆਪਾਂ ਇੱਥੇ ਤੁਹਾਡੇ ਇੱਥੇ ਮੀਡੀਆ ਦੇ ਕਹਿੰਦੇ ਬਾਹਰ ਬੈਨਰ ਲਾਣਾ। ਜੇਕਰ ਅਜੇ ਵੀ ਤੁਸੀਂ ਕੰਪਲੇਨਾਂ ਲਿਖਾਈਆਂ, ਜੇਕਰ ਅਜੇ ਵੀ ਕੋਈ ਹੱਲ ਨਹੀਂ ਕੀਤਾ ਜਾਂਦਾ ਇਸੇ ਤਰੀਕੇ ਨਾਲ, ਜੇਕਰ ਗਲੀਆਂ ਦੇ ਹਾਲ ਰਹੇ, ਪੀਣ ਵਾਲੇ ਪਾਣੀ ਦੀ ਤੰਗੀ ਰਹੀ, ਤਾਂ ਅਗਲਾ ਤੁਸੀਂ ਕੀ ਕਦਮ ਚੁੱਕੋਗੇ? ਆਪਾਂ ਭਾਈ ਸਾਰਿਆਂ ਨੂੰ ਅਪੀਲ ਇਹੀ ਕਰਦੇ ਹਾਂ, ਜੇ ਇਹੀ ਹਾਲ ਹੈ ਸਭ, ਕੋਈ ਨਾ ਵੋਟ ਪਾਓ, ਸਿੱਧਾ ਸਾਫ ਕੋਈ ਨਾ ਵੋਟ ਪਾਓ, ਜਿਹੜਾ ਕੰਮ ਕਰਦਾ ਪਹਿਲਾਂ ਉਹਨੂੰ ਵੋਟ ਪਾ ਦਿਓ। ਮਤਲਬ ਤੇ ਆਈ ਕਿਸੇ ਨੂੰ ਸਰਕਾਰ ਨਾਲ ਮਤਲਬ ਹੁੰਦਾ? ਕੰਮ ਹੋਣਾ ਮਤਲਬ ਹੈ, ਜੇ ਕੰਮ ਸਾਡਾ ਹੋਏਗਾ ਤਾਂ ਸਾਡਾ ਵੀ ਜੀ ਖੁਸ਼ ਹੋਏਗਾ, ਠੀਕ ਹੈ ਜੀ। ਆਪਾਂ ਵੋਟ ਪਾਉਣ ਵਾਲੇ ਵੀ ਬਣਾਂਗੇ, ਤੇ ਆਪਾਂ ਤਾਂ ਲਿਖ ਕੇ ਲਾ ਦੇਣਾ ਆਪਾਂ ਵੋਟ ਕਿਸੇ ਨੂੰ ਨਹੀਂ ਬਣੀ, ਜੇ ਸਾਡਾ ਕੰਮ ਹੀ ਨਹੀਂ ਹੋਏਗਾ ਤਾਂ ਆਪਾਂ ਕੀ ਕਰਾਂਗੇ ਵੋਟ ਪਾ ਕੇ? ਤਾਂ ਬਿਲਕੁਲ ਦੇਖ ਸਕਦੇ ਜੇ ਲੋਕ ਜਿਹੜੇ ਕਿੰਨੇ ਪਰੇਸ਼ਾਨ ਨੇ। ਗੱਲ ਕਰੀਏ ਮਹਿਲਾਵਾਂ ਦੀ, ਘਰ ਦੀ ਰਸੋਈ ਜਿਨ੍ਹਾਂ ਨੇ ਚਲਾਉਣੀ ਹੁੰਦੀ, ਰੋਟੀ ਪਾਣੀ, ਬੱਚਿਆਂ ਨੂੰ ਖਾਣਾ ਪੀਣਾ ਖਵਾਉਣਾ ਹੁੰਦਾ, ਤਾਂ ਬੱਚਿਆਂ ਨੂੰ ਵੀ ਜਿਹੜਾ ਗੰਦਾ ਪਾਣੀ ਪੀਣ ਤੇ ਮਜਬੂਰ ਕੀਤਾ ਜਾਂਦਾ। ਗੱਲਬਾਤ ਕਰਦੇ ਹਾਂ ਆਂਟੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕਿੰਨਾ ਕੁ ਗੰਦਾ ਪਾਣੀ ਆਉਂਦਾ? ਬਹੁਤ ਗੰਦਾ, ਜਿੱਦਾਂ ਸੀਵਰ ਦਾ ਪਾਣੀ ਹੈ, ਚਿੱਕੜ ਵਾਲਾ ਆਉਂਦਾ, ਉਹਦੇ ਨਾਲ ਰੋਟੀ ਬਣਾਓ, ਉਹਦੇ ਨਾਲ ਸਾਰਾ ਕੰਮ ਕਰੋ ਤੇ ਬਿਮਾਰ ਹੋ ਜਾਣ ਦੇ ਬੱਚੇ ਵੀ, ਉਲਟੀਆਂ ਲੱਗ ਜਾਂਦੀਆਂ, ਟੱਟੀਆਂ ਲੱਗ ਜਾਂਦੀਆਂ, ਬੁਖਾਰ ਵੀ ਹੋ ਜਾਣ ਡਿਆ ਹੈ। ਹਾਂਜੀ, ਬਹੁਤ ਗੰਦਾ ਪਾਣੀ ਹੈ, ਤੇ ਸਾਡੀ ਪੂਰੀ ਗਲੀ ਉੱਥੋਂ ਤੀਕਰ ਭਰੀ ਰਹਿੰਦੀ, ਸਾਡੇ ਕੋਲ ਤਾਂ ਨਿਕਲਿਆ ਨਹੀਂ ਜਾਂਦਾ, ਬੱਚੇ ਵੀ ਨਹੀਂ ਨਿਕਲ ਸਕਦੇ ਬਾਹਰ। ਕੀ ਲੱਗਦਾ ਪਾਣੀ ਸਾਫ ਸਫਾਈ ਕਰਨ ਲਈ ਵਰਤਿਆ ਜਾਂਦਾ, ਪਰ ਹੁਣ ਜੇ ਪਾਣੀ ਹੀ ਗੰਦਾ ਤੇ ਹੁਣ ਕੀ ਹੱਲ ਕੀਤਾ? ਕੀ ਕਰੀਏ ਹੁਣ, ਗੰਦਾ ਪਾਣੀ ਆ, ਇਸ ਤਰ੍ਹਾਂ ਹੀ ਹੁਣ ਕੀ ਕਰੀਏ, 2 ਮਹੀਨੇ ਤੋਂ ਉੱਤੇ ਹੋ ਗਿਆ, ਇਸ ਤਰ੍ਹਾਂ ਹੀ ਅਸੀਂ ਮੁਸ਼ਕਲਾਂ 'ਚ ਹੈਗੇ ਹਾਂ, ਸਾਰੇ ਢਿੱਲੇ ਮੱਠੇ, ਇਸ ਤਰ੍ਹਾਂ ਹੀ ਪਾਣੀ ਪੀ ਪੀ ਕੇ। ਹਾਂਜੀ, ਤਾਂ ਦਿਲ ਨਹੀਂ ਕਰਦਾ ਕਿ ਹੁਣ ਕਿਸੇ ਨੂੰ ਮਤਲਬ ਕੋਈ ਆਵੇ ਸਾਡਾ ਸਾਫ ਸਫਾਈ ਕਰਾਏ ਜਾਂ ਪਾਣੀ ਦੇ ਆ, ਤੇ ਕੀ ਕਰਕੇ ਜਾਂਦੇ ਆ, ਉਦਾਂ ਹੀ ਚਲੇ ਜਾਂਦੇ ਆ, ਇੱਧਰ ਉੱਧਰ ਕਰਕੇ ਕਿ ਕੰਮ ਪੂਰਾ ਥੋੜਾ ਕਰਦੇ ਆ, ਕੰਪਲੀਟ ਕੰਮ ਨਹੀਂ ਕਰਦੇ, ਫਿਰ ਪਾਣੀ ਭਰ ਜਾਂਦਾ ਜਿੱਦਣ ਕੱਢ ਕੇ ਜਾਂਦੇ ਆ ਨਾ, ਤੇ ਇੱਕ ਦਿਨ ਵਾਸਤੇ ਹੁੰਦਾ, ਅਗਲੇ ਦਿਨ ਫਿਰ ਉਹ ਹੀ ਹਾਲ, ਉਹ ਹੀ ਫਿਰ ਹੋ ਜਾਂਦਾ, ਉਸ ਤਰ੍ਹਾਂ ਹੀ। ਹਾਂਜੀ, 6 ਮਹੀਨੇ ਹੋ ਗਏ, ਇਸ ਤਰ੍ਹਾਂ ਹੀ ਆ, ਉਹ 6 ਮਹੀਨੇ ਹੋ ਗਏ। ਤਾਂ ਦੇਖ ਸਕਦੇ ਜੇ ਕਿ ਘਰ ਦੀ ਰਸੋਈ ਚਲਾਉਣ ਵਾਲੀ ਮਹਿਲਾਵਾਂ ਵੀ ਦਿੱਕਤ 'ਚ ਨੇ, ਬੱਚਿਆਂ ਨਾਲ ਵੀ ਗੱਲ ਕਰਾਂਗੇ। ਬੇਟਾ ਕੀ ਨਾਮ ਆਪਣਾ? ਦੀਪਕ। ਕੀ ਜਦੋਂ ਤੇ ਲੱਗਦੀ ਹੈ ਘਰੋਂ ਮੰਮੀ ਕੋ ਕਹਿੰਦੇ ਪਾਣੀ ਦੇ ਦਿਓ, ਤਾਂ ਪਾਣੀ ਪੀਣ ਨੂੰ ਦਿਲ ਕਰਦਾ? ਕਰਦਾ, ਪਰ ਪਾਣੀ ਸਮੈਲ ਬੜੀ ਜਿਵੇਂ ਗੰਦੀ ਆਉਂਦੀ, ਜੇ ਟੂੜੀ ਆਨ ਕਰਦੇ ਆ ਤੇ ਪੀਣ ਦਾ ਜੀ ਨਹੀਂ ਕਰਦਾ ਕਿ ਪਾਣੀ ਪੀਏ। ਤਾਂ ਕੀ ਢਿੱਡ ਪੀੜ ਵਗੈਰਾ ਕੁਛ? ਢਿੱਡ ਪੀੜ ਵੀ ਹੁੰਦਾ ਆ ਤੇ ਇਨਫੈਕਸ਼ਨ ਵੀ ਹੋ ਜਾਂਦੀ ਆ। ਕੀ ਨਾਮ ਕਾਕਾ? ਪਰਸ। ਪੀਣਾ ਪਾਣੀ? ਕੀ ਵਧੀਆ ਲੱਗਦਾ ਕਿ ਗੰਦਾ? ਕਿਉਂ, ਸਾਫ ਪਾਣੀ ਨਹੀਂ ਮਿਲਿਆ ਜਿਹਦਾ? ਦੇਖ ਸਕਦੇ ਜੇ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਖੇਡਣਾ ਵੀ ਹੁੰਦਾ ਹੈ, ਤਾਂ ਪਾਣੀ ਸਭ ਤੋਂ ਜ਼ਰੂਰੀ ਦੀ ਜਿਹੜੀ ਚੀਜ਼ ਹੈ। ਤਾਂ ਦਿਨ ਦੀ ਗੱਲ ਕਰੀਏ, ਦਿਨ ਦੇ ਵਿੱਚ ਪਾਣੀ, ਗਰਮੀਆਂ ਦਾ ਸੀਜ਼ਨ ਚੱਲ ਰਿਹਾ ਪਰ ਪਾਣੀ ਸਾਫ ਹੈ ਨਹੀਂ। ਪਾਣੀ ਹੀ ਸਭ ਤੋਂ ਮੁੱਢਲੀ ਜਿਹੜੀ ਜ਼ਰੂਰਤ ਹੈ ਆਮ ਲੋਕਾਂ ਦੀ। ਵੋਟਾਂ ਦੇ ਵੇਲੇ ਸਾਰੇ ਪਹੁੰਚਦੇ ਨੇ ਪਰ ਮਸਲਾ ਕਿਤੇ ਨਹੀਂ ਹੱਲ ਹੋਇਆ। ਤਾਂ ਲੋਕ ਦੇਖ ਸਕਦੇ ਜੀ, ਅੱਜ ਜਿਹੜਾ ਇਲਾਕਾ ਨਿਵਾਸੀ ਇਕੱਠੇ ਹੋਏ ਨੇ ਅਤੇ ਸਰਕਾਰ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕਰ ਰਹੇ ਨੇ ਕਿ ਸਾਡੇ ਇਲਾਕੇ ਦੇ ਵਿੱਚ ਜਲਦ ਤੋਂ ਜਲਦ ਜਿਹੜਾ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਕੀਤੀ ਜਾਵੇ, ਗਲੀਆਂ ਦੇ ਵਿੱਚੋਂ ਜਿਹੜੇ ਪਾਣੀ ਦੀ ਨਿਕਾਸੀ ਬਣਾਈ ਜਾਵੇ। ਹੁਣ ਦੇਖਣਾ ਹੋਏਗਾ ਸਰਕਾਰ ਦੇ ਨੁਮਾਇੰਦੇ ਕਿੰਨੀ ਜਲਦੀ ਇਹਨਾਂ ਦੀ ਗੱਲ ਨੂੰ ਸੁਣਦੇ ਨੇ ਤੇ ਕਿੰਨੀ ਛੇਤੀ ਜਿਹੜਾ ਇਹਨਾਂ ਦਾ ਮਸਲੇ ਹੱਲ ਕੀਤੇ ਜਾਂਦੇ ਨੇ। ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ਰਾ, ਹੋਟ ਨਿਊਜ਼ ਇੰਡੀਆ, ਅੰਮ੍ਰਿਤਸਰ।